ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਸਕੂਲ ਤੋਂ ਆ ਰਹੇ ਵਿਦਿਆਰਥੀਆਂ ਤੇ ਫੋਰਚੂਨਰ ਗੱਡੀ ਚੜ ਜਾਂਦੀ ਹੈ, ਜਿਸ ਤੋਂ ਬਾਅਦ 18 ਸਾਲ ਦੇ ਅੰਮ੍ਰਿਤਪਾਲ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਜਾਂਦੀ ਹੈ। ਦਰਅਸਲ ਦੋ ਸਕੂਲੀ ਵਿਦਿਆਰਥੀ ਸਕੂਲ ਦੀ ਛੁੱਟੀ ਤੋਂ ਬਾਅਦ ਘਰ ਪਰਤ ਰਹੇ ਸੀ। ਹਾਲਾਂਕਿ ਉਹ ਦੋਨੇ ਮੋਟਰਸਾਈਕਲ ਤੇ ਸੀ ਤਾਂ ਫੋਰਚੂਨਰ ਜੋ ਕਿ ਕਾਫੀ ਤੇਜ਼ ਰਫਤਾਰ ਦੇ ਵਿੱਚ ਸੀ ਤਾਂ ਫੋਰਚੂਨਰ ਗੱਡੀ ਉਹਨਾਂ ਦੇ ਵਿੱਚ ਆ ਕੇ ਵੱਜਦੀ ਹੈ, ਜਿਸ ਦੇ ਵਿੱਚ 18 ਸਾਲਾਂ ਦੇ ਅੰਮ੍ਰਿਤਪਾਲ ਦੀ ਮੌਤ ਹੋ ਗਈ ਹੈ। ਤਾਂ ਸਕੂਲ ਤੋਂ ਘਰ ਜਾਂਦੇ ਸਮੇਂ ਇਹਨਾਂ ਦੋ ਨੌਜਵਾਨਾਂ 'ਤੇ ਫੋਰਚੂਨਰ ਗੱਡੀ ਚੜ੍ਹ ਪਈ, ਜਿਸ ਤੋਂ ਬਾਅਦ ਦੂਜਾ ਨੌਜਵਾਨ ਜ਼ਖਮੀ ਦੱਸਿਆ ਜਾ ਰਿਹਾ ਅਤੇ ਅੰਮ੍ਰਿਤਪਾਲ ਸਿੰਘ ਜੋ ਕਿ ਮਹਿਜ਼ ਹਾਲੇ 18 ਸਾਲਾਂ ਦਾ ਸੀ, ਗੱਭਰੂ ਜਵਾਨ ਹੋ ਗਿਆ ਸੀ, ਪਿਓ ਦਾ ਸਹਾਰਾ ਬਣਨਾ ਸੀ ਉਸਨੇ, ਉਸਦੀ ਮੌਤ ਹੋ ਗਈ ਹੈ। ਉਸਦੀ ਮੌਤ ਤੋਂ ਬਾਅਦ ਦੇਖੋ ਕਿਵੇਂ ਪਿਤਾ ਭੁੱਬਾ ਮਾਰ ਮਾਰ ਕੇ ਰੋ ਰਿਹਾ ਏ। ਗੋਇੰਦਵਾਲ ਸਾਹਿਬ ਦੇ ਗੁਰੂ ਅਮਰਦਾਸ ਪਬਲਿਕ ਸਕੂਲ ਦੇ ਵਿੱਚ ਅੰਮ੍ਰਿਤਪਾਲ ਪੜ੍ਹਦਾ ਸੀ, ਛੁੱਟੀ ਤੋਂ ਬਾਅਦ ਆਪਣੇ ਘਰ ਵਾਪਸ ਪਰਤ ਰਿਹਾ ਸੀ ਤਾਂ ਫੋਰਚੂਨਰ ਗੱਡੀ ਵਾਲੇ ਨੇ ਟੱਕਰ ਮਾਰ ਦਿੱਤੀ, ਜਿਸ ਕਰਕੇ ਉਸਦੀ ਮੌਤ ਹੋ ਗਈ। ਤਾਂ ਦੱਸ ਦਈਏ ਕਿ ਅੰਮ੍ਰਿਤਪਾਲ ਦੇ ਪਿਤਾ ਮਨਿੰਦਰ ਸਿੰਘ ਦਾ ਇਹ ਕਹਿਣਾ ਹੈ ਕਿ ਉਹਨਾਂ ਨੂੰ ਇਨਸਾਫ ਦਵਾਇਆ ਜਾਵੇ, ਕਿਉਂਕਿ ਉਹਨਾਂ ਦਾ ਪੁੱਤਰ ਇਸ ਦੁਨੀਆ ਤੋਂ ਚਲਾ ਗਿਆ ਏ। ਹਾਲਾਂਕਿ ਇਹ ਅਚਨਚੇਤ ਹੋਇਆ, ਕਿਉਂਕਿ ਰੋਜ਼ਾਨਾ ਦੀ ਤਰ੍ਹਾਂ ਅੰਮ੍ਰਿਤਪਾਲ ਸਕੂਲ ਤੋਂ ਘਰ ਪਰਤ ਰਿਹਾ ਸੀ। ਉਸਨੂੰ ਨਹੀਂ ਪਤਾ ਸੀ ਕਿ ਅੱਜ ਤੋਂ ਬਾਅਦ ਉਸਨੇ ਇਸ ਦੁਨੀਆ ਦੇ ਵਿੱਚ ਨਹੀਂ ਰਹਿਣਾ, ਉਸ ਦੇ ਨਾਲ ਐਡੀ ਵੱਡੀ ਘਟਨਾ ਵਾਪਰਨ ਵਾਲੀ ਆ। ਉਸਨੂੰ ਇਸ ਗੱਲ ਦੀ ਬਿਲਕੁਲ ਵੀ ਭਿਣਕ ਨਹੀਂ ਸੀ, ਜਿਸ ਕਰਕੇ ਉਹ ਆਪਣਾ ਮਸਤੀ ਦੇ ਵਿੱਚ ਆਪਣੇ ਦੋਸਤ ਨਾਲ ਬੈਠ ਕੇ ਮੋਟਰਸਾਈਕਲ 'ਤੇ ਘਰ ਵਾਪਸ ਜਾ ਰਿਹਾ ਸੀ, ਪਰ ਕਿਸੇ ਨੂੰ ਨਹੀਂ ਪਤਾ ਸੀ ਕਿ ਉਸਦੇ ਨਾਲ ਇੰਨਾ ਮੰਦਭਾਗਾ ਭਾਣਾ ਵਰਤ ਜਾਵੇ। ਆਓ ਪਿਤਾ ਦਾ ਕੀ ਕਹਿਣਾ ਇਸ ਉੱਪਰ ਜਾਣਦੇ ਹਾਂ। ਰਵਿੰਦਰਪਾਲ ਕੀ ਅੱਜ ਘਟਨਾ ਵਾਪਰੀ? ਆਪਣੇ ਬੱਚੇ ਸਕੂਲੋਂ ਆ ਰਹੇ ਸੀ, ਫੋਰਚੂਨਰ ਗੱਡੀ ਨੇ ਕੋਈ ਤੇਜ਼ ਆ ਰਹੀ ਉਹਦੇ ਵਿੱਚ ਵੱਜੇ ਤੇ ਉਹ ਐਕਸੀਡੈਂਟ ਹੋ ਗਿਆ, ਮੌਕੇ ਦੀ ਮੌਤ ਹੋ ਗਈ। ਇਹ ਗੱਡੀ ਪਿੱਛੋਂ ਆਣ ਕੇ ਵੱਜੀ ਉਹ ਪਿੱਛੇ ਨਹੀਂ, ਗਾੜੀ ਆ ਰਹੀ ਸਾਹਮਣੇ ਸਾਹਮਣੇ ਵੱਜੀ ਗੱਡੀ ਵਾਲੀ ਤੇਜ਼ ਸੀ ਥੋੜ੍ਹੀ। ਅਤੇ ਭਾਅ ਜੀ ਬੱਚੇ ਕਿੱਥੋਂ ਇਹ ਆ ਰਹੇ, ਕਿੱਥੇ ਜਾ ਰਹੇ ਹੈ? ਇਹ ਆਪਣਾ ਸਕੂਲ ਗੋਇੰਦਵਾਲ ਸਾਹਿਬ ਜਾ ਰਹੇ, ਉੱਥੋਂ ਆਉਂਦੇ ਜਿੰਨਾ ਗੋਇੰਦਵਾਲ ਸਾਹਿਬ ਗੋਇੰਦਵਾਲ ਸਾਹਿਬ ਚੋਲੇ ਸਾਹਿਬ ਅੰਮ੍ਰਿਤਪਾਲ ਮਨਿੰਦਰਪਾਲ ਸਿੰਘ ਇੱਕ ਭੈਣ ਇੱਕ ਭਰਾ ਵਾ। ਹਾਂਜੀ ਹਾਂਜੀ। ਕਿੰਨੀ ਉਮਰ ਦੀ ਉਮਰ? ਕੱਲ ਨੂੰ 19-20 ਸਾਲ ਲੱਗਣਾ ਏ ਕੱਲ ਨੂੰ। ਕੱਲ ਨੂੰ ਵੱਡੇ ਇਹਦਾ, ਕੱਲ ਨੂੰ ਇਹਦਾ। ਹਾਂਜੀ। ਤੇ ਜਿਹੜੇ ਐਕਸੀਡੈਂਟ ਹੋਈ ਆ ਉਹ ਗੱਡੀ ਦਾ ਪਤਾ ਲੱਗਾ? ਕਿਹੜੀ ਗੱਡੀ? ਗੱਡੀ ਨੰਬਰ ਲਿਖਿਆ ਵਾ, ਹੁਣ ਮੈਨੂੰ ਚੇਤਾ ਨਹੀਂ ਉਹਦਾ ਲਿਖਿਆ। ਫੋਰਚੂਨਰ ਗੱਡੀ, ਫੋਰਚੂਨਰ ਗੱਡੀ। ਕੌਣ ਚਲਾ ਰਿਹਾ? ਮੋਟਰਸਾਈਕਲ ਨਹੀਂ, ਗੱਡੀ ਕੌਣ ਚਲਾ ਰਿਹਾ? ਗੱਡੀ ਅਸੀਂ ਤੇ ਬਾਅਦ ਦੇ ਵਿੱਚ ਆਏ ਹਾਂ, ਉੱਥੇ ਪਤਾ ਨਹੀਂ ਹੁਣ ਕਿੰਨੇ ਕਿਹੜਾ ਚਲਾ ਰਿਹਾ। ਪੁਲਿਸ ਆਈ? ਕੋਈ ਕਾਰਵਾਈ? ਹਾਂ ਪੁਲਿਸ ਆਈ ਹੈ, ਲਿਖਿਆ ਭਾਈ ਕਰ ਰਹੀ ਹੈ। ਕੀ ਮੰਗ ਕਰਦੇ? ਕੀ ਹੁੰਦੇ ਇਹਦੇ? ਕੋਈ ਮੰਗ ਕੀ ਕਰਨੀ ਹੈ? ਜੋ ਘਰ ਉੱਜੜ ਗਿਆ ਵੀਰ ਜੀ, ਮੰਗ ਕਾਹਦੀ ਸਾਡੀ? ਮੋਟਰਸਾਈਕਲ ਬੱਚਾ ਜੀ 20 ਸਾਲ ਉਮਰ ਹੈ, ਇਹਦਾ ਨਾਂ ਅੰਮ੍ਰਿਤਪਾਲ ਸਿੰਘ ਹੈ ਤੇ ਫਾਦਰ ਦਾ ਨਾਮ ਹੈ ਮਨਿੰਦਰਪਾਲ ਸਿੰਘ। ਇਹ ਸਕੂਲੋਂ ਪੜ੍ਹ ਕੇ ਘਰ ਨੂੰ ਜਾਣ ਡਿਆ ਸੀ, ਰਸਤੇ ਦੇ ਵਿੱਚ ਇੱਕ ਫੋਰਚੂਨਰ ਆਈ, ਉਹਨੇ ਟੱਕਰ ਮਾਰੀ, ਇਹਦੀ ਮੌਕੇ 'ਤੇ ਜਿਹੜੀ ਮਤਲਬ
ਥੋੜਾ ਸੀਰੀਅਸ ਸੀ ਮਗਰ ਇਹਨਾਂ ਹਸਪਤਾਲ ਲਿਆਂਦਾ ਜਿਹਦੀ ਮੌਤ ਹੋ ਗਈ। ਜਿੰਨੀ ਕੁ ਸਾਲ ਦੀ ਉਮਰ ਬੱਚੇ ਦੀ ਜਿਹੜੀ 20 ਸਾਲ ਉਮਰ 20 ਸਾਲ ਹਾਂਜੀ ਤੇ ਸਰ ਇਹ ਪਤਾ ਲੱਗਾ ਸਰ ਐਕਸੀਡੈਂਟ ਕਿਦਾਂ ਕਿਵੇਂ ਹੋਇਆ ਜੀ? ਇਹ ਪੜ ਕੇ ਆਪਣਾ ਉੱਥੋਂ ਫਤਿਹਾਬਾਦ ਤੋਂ ਵਾਪਸ ਪਿੰਡ ਨੂੰ ਜਾ ਰਿਹਾ ਸੀ ਜੀ ਤੇ ਪਿੱਛੋਂ ਫੋਰਚੂਨਰ ਆਈ ਜਿਹੜੀ ਕੋਈ ਗਾਂਹ ਜਾਣ ਵਾਲੀ ਸੀ ਉਹਨੇ ਫੇਟ ਮਾਰੀ ਤੇ ਉਹਦੇ ਨਾਲੇ ਦੇ ਸੱਟ ਲੱਗਣ ਕਰਕੇ ਮੌਤ ਹੋ ਗਈ। ਗੱਡੀ ਕੌਣ ਚਲਾ ਰਿਹਾ ਸੀ? ਗੱਡੀ ਉਹ ਅਨਨੋਨ ਬੰਦਾ ਵਾ, ਉਹ ਅਜੇ ਵੈਰੀਫਾਈ ਕਰ ਰਹੇ ਆ, ਵੈਰੀਫਾਈ ਕਰਕੇ ਉਹਦੀ ਵੀਡੀਓ ਕਢਾ ਕੇ ਜੋ ਅਸਲੀ ਬੰਦਾ ਉਹਦੇ ਖਿਲਾਫ ਕਾਰਵਾਈ ਕੀਤੀ। ਹੁਣ ਤਾਂ ਸਰ ਕੀ ਕਾਰਵਾਈ ਕੀਤੀ ਗਈ ਸਰ? ਹੁਣ ਤੱਕ ਇਹਦੇ ਪਰਿਵਾਰ ਦੇ ਨਾਲ ਸਹਿਮਤੀ ਡੇ ਕਰਨ, ਇਹਨਾਂ ਦੇ ਨਾਲ ਜੋ ਕਹਿਣਗੇ ਆਪਾਂ ਕਾਰਵਾਈ ਕਰ ਦਾਂਗੇ।